ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਲੈ ਕੇ ਆਏ ਆ ਤੁਹਾਡੇ ਲਈ ਸਟਾਰਟਰ ਦੀ ਰੈਸਪੀ ਜੋ ਕਿ ਪੋਟੈਟੋ ਕਟਲਟਸ ਨੇ ਆਲੂ ਕਟਲਟਸ ਨੇ ਇਹ ਖਾਂਚ ਬਹੁਤ ਟੇਸਟੀ ਹੁੰਦੇ ਨੇ ਬੱਚਿਆਂ ਦੇ ਫੇਵਰਟ ਡਿਸ਼ ਹੁੰਦੀ ਹੈ ਸੋ ਆਜੋ ਆਪਾਂ ਇਹਨੂੰ ਅੱਜ ਘਰ ਹੀ ਬਣਾਉਣਾ ਸਿਖਾਣੇ ਆ ਤੇ ਸਭ ਤੋਂ ਪਹਿਲਾਂ ਤਾਂ ਤਿਹਾਰਾਂ ਦੇ ਦਿਨ ਨੇ ਤੇ ਸਾਰਿਆਂ ਨੂੰ ਸਾਡੇ ਵੱਲੋਂ ਐਡਵਾਂਸ ਜੀ ਹੈਪੀ ਦੀਵਾਲੀ ਤੇ ਲਓ ਜੀ ਹੁਣ ਆਪਾਂ ਇੰਗਰੀਡੀਅੰਟ ਬਾਰੇ ਜਾਣਕਾਰੀ ਲੈਣੇ ਆ ਕਿ ਇਹਦੇ ਲਈ ਆਪਾਂ ਨੂੰ ਮੇਨ ਕੀ ਚੀਜ਼ ਚਾਹੀਦੀ ਆ ਅਸੀਂ ਇਹਦੇ ਲਈ ਰਵਾ ਲਈ ਹੈ ਜਿਹਨੂੰ ਆਪਾਂ ਸੂਜੀ ਵੀ ਕਹਿ ਦਿੰਦੇ ਆ ਪੌਣਾ ਕੱਪ ਇਸ ਤੋਂ ਇਲਾਵਾ ਜੁੜੇ ਹੁੰਦੇ ਕਰਾਰੇ ਵਾਲੇ ਉਹ ਬੋਇਲ ਲੈ ਨੇ ਇਸ ਤੋਂ ਇਲਾਵਾ ਅਸੀਂ ਧਨੀਆ ਜਿਹੜਾ ਸੁੱਕਾ ਹੁੰਦਾ ਉਹਨੂੰ ਕੁੱਟ ਲਿਆ ਥੋੜਾ ਜਿਹਾ ਰੋਸਟ ਕਰਕੇ ਜੀਰਾ ਲਿਆ ਹੈ ਸਾਬੂਤ ਸਾਬੂਤ ਅਸੀਂ ਲਿਆ ਹੈ ਚਿਲੀ ਫਲੇਕਸ ਤੇ ਥੋੜਾ ਜਿਹਾ ਔਰਗੈਨੋ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅਸੀਂ ਹਰੇ ਪੱਤੇ دار ਜਿਹੜੇ ਧਨੀਆ ਉਹ ਲਿਆ ਹੈ ਥੋੜਾ ਜਿਹਾ ਅਦਰਕ ਤੇ ਥੋੜੀ ਜੀ ਹਰੀ ਮਿਰਚ ਲਈ ਹੈ ਠੀਕ ਹੈ ਅਗਰ ਤੁਹਾਨੂੰ ਜ਼ਿਆਦਾ ਰਵਾ ਨਹੀਂ ਪਸੰਦ ਹੈ ਸੂਜੀ ਜ਼ਿਆਦਾ ਨਹੀਂ ਬੱਚੇ ਲਾਈਕ ਕਰ ਦੇ ਤਾਂ ਤੁਸੀਂ ਜਿਹੜੀ ਸੂਜੀ ਦੀ ਕੁਆਂਟੀਟੀ ਹੈ ਇਹ ਤੋਂ ਦੋ ਗੁਣਾ ਹੋਰ ਕਟਾ ਆ ਸਕਦੀ ਹਾਂ ਜਨਨ ਕੀ ਸਿਰਫ 1/4 ਕੱਪ ਹੀ ਲੈ ਸਕਦੀ ਹਾਂ ਚਲੋ ਜੀ ਹੁਣ ਆਪਾਂ ਇਹਨੂੰ ਵਿੱਚ ਆਇਲ ਗਰਮ ਕੀਤਾ ਉਹਦੇ ਵਿੱਚ ਸੁੱਕਾ ਧਨੀਆ ਜੋ ਕਿ ਤੁਸੀਂ ਆਲਰੇਡੀ ਕੁੱਟਿਆ ਹੋਇਆ ਸੀ ਉਹ ਤੇ ਜੀਰਾ ਪਾ ਕੇ ਥੋੜਾ ਇਹਨੂੰ ਰੋਸਟ ਕਰਾਂਗੇ ਇਸ ਤੋਂ ਇਲਾਵਾ ਇਹਦੇ ਵਿੱਚ ਫਿਰ ਆਪਾਂ ਪਾ ਦਾਂਗੇ ਅਦਰਕ ਔਰ ਹਰੀ ਮਿਰਚ ਇਹਨੂੰ ਅੱਛੇ ਤਰੀਕੇ ਨਾਲ ਤੜਕ ਲਾਂਗੇ ਬਹੁਤ ਹੀ ਟੇਸਟੀ ਤੇ ਸਪਾਈਸੀ ਬਣਦੇ ਨੇ ਇਵਨ ਕਿ ਆਪਾਂ ਆਏਗੇ ਇਹਨੂੰ ਵੀ ਇਹ ਰੱਖ ਸਕਦੇ ਆ ਸੋ ਵੀਡੀਓ ਤੇ ਵਿੱਚ ਐਂਡ ਤੱਕ ਬਨੇ ਰਹੋ ਬਿਕਾਜ਼ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਜਿਹੜੀ ਰੈਸਿਪੀ ਦੇ ਕੁਝ ਟਿਪਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਠੀਕ ਹੈ ਜੀ ਤੇ ਲਓ ਜੀ ਜਦੋਂ ਤੁਹਾਡਾ ਅਦਰਕ ਲਸਣ ਚੰਗੀ ਤਰ੍ਹਾਂ ਭੁੰਨਿਆ ਗਿਆ ਜੀਰਾ ਤੇ ਧਨੀਆ ਭੁੰਨਿਆ ਗਿਆ ਤਾਂ ਫਿਰ ਕੁਝ ਮਸਾਲੇ ਸੁੱਕੇ ਜਿਵੇਂ ਕਿ ਦੇਗੀ ਮਿਰਚ ਅੱਧਾ ਚਮਚ ਤੇ 1/4 ਚਮਚ ਜਿਹੜਾ ਹੈਗਾ ਆਪਾਂ ਪਾਵਾਂਗੇ ਹਲਦੀ ਇਹਦੇ ਵਿੱਚ ਇਸ ਤੋਂ ਇਲਾਵਾ ਇਹ ਆਪਾਂ ਪਾਇਆ ਹੈ ਕਿਚਨ ਕਿੰਗ ਮਸਾਲਾ 1 ਚਮਚ ਤੇ 1 ਤੋਂ ਸਵਾ ਚਮਚ ਦੇ ਕਰੀਬ ਅਸੀਂ ਲਿਆ ਹੈ ਅਮਚੂਰ ਪਾਊਡਰ ਥੋੜਾ ਜਿਹਾ ਰੌਕ ਸాల్ਟ ਯਾ ਵਾਈਟ ਸాల్ਟ ਪਾ ਸਕਦੇ ਹਾਂ ਕਸੂਰੀ ਮੇਥੀ ਲਈ ਹੈ ਸੁੱਕੀ ਇੱਕ ਚਮਚ ਦੇ ਕਰੀਬ ਨਮਕ ਤੁਸੀਂ ਟੇਸਟ ਅਕੋਰਡਿੰਗਲੀ ਪਾਣਾ ਹੈ ਔਰ ਨਮਕ ਪਾਉਂਦੇ ਸਮੇਂ ਖਿਆਲ ਰੱਖਣਾ ਹੈ ਇਹ ਪਹਿਲੀ ਟਿਪਸ ਹੈ ਕਿ ਜਿਹੜਾ ਅਮਚੂਰਾ ਉਹਦੇ ਵਿੱਚ ਵੀ ਨਮਕ ਹੁੰਦਾ ਸੋ ਤੁਸੀਂ ਨਮਕ ਉਹਦੇ ਅਕੋਰਡਿੰਗਲੀ ਪਾਣਾ ਜਦੋਂ ਇਹ ਸਾਰੇ ਮਸਾਲੇ ਭੁੰਨੇ ਜਾਣ ਤਾਂ ਫਿਰ ਤੁਸੀਂ ਆਵਦਾ ਰਵਾ ਯਾਨੀ ਕਿ ਸੂਜੀ ਇਹਦੇ ਵਿੱਚ ਐਡ ਕਰਕੇ ਉਹਨੂੰ ਰੋਸਟ ਕਰਨਾ ਹੈ ਰੋਸਟ ਕਰਦੇ ਹੋਏ ਜਦੋਂ 5-7 ਮਿੰਟ ਹੋ ਜਾਣ ਤੇ ਫਿਰ ਇਹ ਚੰਗੀ ਤਰ੍ਹਾਂ ਕਲਰ ਸਾਰੇ ਮਸਾਲਿਆਂ ਦਾ ਲੈ ਲੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਪਾਣੀ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੇ ਇਹ ਦੋ ਚੀਜ਼ਾਂ ਰਹਿ ਗਈਆਂ ਸੀਗੀਆਂ ਚਿਲੀ ਫਲੇਕਸ ਤੇ 오ਰਗੈਨੋ ਉਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਠੀਕ ਹੈ ਜੀ ਪਾਣੀ ਪਾਣਾ ਸੁਜੀ ਚ ਬਹੁਤ ਜ਼ਰੂਰੀ ਹੈ ਉਹਦੇ ਬਿਨਾ ਇਹ ਫੁੱਲੇਗੀ ਨਹੀਂ ਕੱਚੀ ਰਹੇਗੀ ਤੇ ਸੌਫਟ ਮੁਲਾਇਨ ਨਹੀਂ ਹੋ ਪਾਏਗੀ ਠੀਕ ਹੈ ਸੋ ਅਗਰ ਇੱਕ ਜਾਂ ਪੌਣਾ ਕੱਪ ਆਪਾਂ ਸੂਜੀ ਲਈਏ ਤਾਂ ਦੋ ਕੱਪ ਆਮਦਾਰੀ ਨਾਲ ਇਹਦੇ ਵਿੱਚ ਪਾਣੀ ਪੈ ਜਾਏਗਾ ਆਲਮੋਸਟ ਡਬਲ ਤੇ ਫਿਰ ਇਹਨੂੰ ਹਲਕਾ ਇਦਾਂ ਪਕਾਉਂਦੇ ਰੋ ਜਦ ਤੱਕ ਇਹ ਥਿੱਕ ਨਾ ਹੋ ਜੇ ਮੁਲਾਇਮ ਨਾ ਹੋ ਜੇ ਠੀਕ ਹੈ ਦੇਖੋ ਆਪਣਾ ਇਹ ਜਿਹੜਾ ਸੂਜੀ ਹੈ ਬਿਲਕੁਲ ਰੈਡੀ ਹੋ ਗਈ ਹੈ ਪਾਣੀ ਸਾਰਿਆਂ ਨੇ ਸੋਕ ਲਿਆ ਹੈ ਇਹਨੂੰ ਹੁਣ ਠੰਡਾ ਹੋਣ ਲਈ ਇੱਕ ਬਰਤਨ ਚ ਪਾ ਦਿਓ ਜਦੋਂ ਥੋੜੀ ਜਿਹੀ ਆਠਰ ਜੇ ਇਹਦੇ ਵਿੱਚ ਜਿਹੜੇ ਆਪਾਂ ਆਲੂ ਲਏ ਸੀ ਉਹ ਮੈਸ਼ ਕਰਕੇ ਇਹਦੇ ਵਿੱਚ ਐਡ ਕਰਕੇ ਤੇ ਨਾਲ ਹੀ ਆਪਾਂ ਹਰੇ ਪੱਤੇਦਾਰ ਜਿਹੜਾ ਧਨੀਆ ਲਿਆ ਸੀ ਉਹ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਬਾਈਂਡਿੰਗ ਨੂੰ ਇੱਕ ਕਰ ਦੇਣਾ ਠੀਕ ਹੈ ਜਿਵੇਂ ਆٹے ਦੀ ਤਰ੍ਹਾਂ ਆਪਾਂ ਇਹਨੂੰ ਗੁੰਨ ਲੈਣਾ ਹੈ ਠੀਕ ਹੈ ਸੋ ਕਈ ਬੱਚਿਆਂ ਨੂੰ ਕੀ ਹੈ ਜਾਂ ਵੱਡਿਆਂ ਨੂੰ ਵੀ ਸੂਜੀ ਨਹੀਂ ਟੇਸਟ ਪਸੰਦ ਹੁੰਦਾ ਤੁਸੀਂ ਇਹਦੀ ਥਾਂ ਤੇ ਬ੍ਰੈਡ ਕ੍ਰੰਬਸ ਵੀ ਪਾ ਸਕਦੇ ਹੋ ਸੂਜੀ ਦੀ ਮਾਤਰਾ ਵੀ ਘੱਟ ਕਰ ਸਕਦੇ ਹੋ ਲੇਕਿਨ ਕੱਲੇ ਆਲੂ ਅਗਰ ਪਾਉਂਗੇ ਤਾਂ ਇਹ ਥੋੜੇ ਜਿ ਢਿੱਲੇ ਜੇ ਬਣਗੇ ਇਹਨੇ ਪ੍ਰੋਪਰ ਟੇਸਟੀ ਨਹੀਂ ਬਣਨਗੇ ਠੀਕ ਹੈ ਸੋ ਵੀਡੀਓ ਚ ਬਨੇ ਰੋ ਐਂਡ ਤੱਕ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਵੱਡਾ ਸਾਰਾ ਕਪੜਾ ਲੈ ਲੈਣਾ ਉਦੋਂ ਬਾਅਦ ਇਹਨੂੰ ਰੂਲ ਕਰ ਦੇਣਾ ਹੁਣ ਦੂਸਰੀ ਟਿਪ ਇਹ ਹੈ ਕਿ ਅਗਰ ਤੁਹਾਨੂੰ ਪ੍ਰੋਪਰ ਕਟਲੈਟਸ ਦੀ ਸ਼ੇਪ ਨਹੀਂ ਦੇਣੀ ਆਂਦੀ ਤਾਂ ਬਹੁਤ ਬੈਸਟ ਰਹੇਗਾ ਕਿ ਤੁਸੀਂ ਇਦਾਂ ਦੇ ਜਿਹੜਾ ਸਰਫੇਸ ਹੈਗਾ ਕਿਚਨ ਟੇਬਲ ਹੈਗਾ ਉਹਦੇ ਉੱਤੇ ਇਦਾਂ ਲੰਮੇ-ਲੰਮੇ ਇਹਦੇ ਪੀਸੇਜ਼ ਬਣਾ ਕੇ ਕਟਿੰਗ ਕਰਕੇ ਥੋੜਾ ਜਿਹਾ ਹੀ ਰੂਲ ਕਰਨ ਤੇ ਇਹਦੀ ਸ਼ੇਪ ਪ੍ਰੋਪਰ ਬਣ ਜੇਗੀ ਤੁਸੀਂ ਚਾਹੋ ਇਹਨੂੰ ਹਾਰਟ ਸ਼ੇਪ ਰੈਕਟੈਂਗਲ ਸ਼ੇਪ ਕੋਈ ਵੀ ਦੇ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਕੁਝ ਬ੍ਰੈਡ ਲਵਾਂਗੇ ਇਹਦਾ ਬ੍ਰੈਡ ਕ੍ਰੰਬਸ ਬਣਾ ਲੀਤੇ ਇਹਨੂੰ ਇਦਾਂ ਬ੍ਰੇਕ ਕਰਕੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਗ੍ਰाइंड ਕਰਕੇ ਬ੍ਰੈਡ ਕ੍ਰੰਬਸ ਬਣਾ ਲਾਂਗੇ ਇਹ ਤੁਸੀਂ ਬਨੇ ਬਨਾਏ ਰੈੱਡ ਬ੍ਰੈਡ ਕ੍ਰੰਬਸ ਵੀ ਲੈ ਸਕਦੇ ਜਿਹੜੇ ਪੈਕੇਟ ਆਉਂਦਾ ਤੇ ਫਰੈਸ਼ ਬ੍ਰੈਡ ਤੋਂ ਵੀ ਬਣਾ ਸਕਦੇ ਹੋ ਠੀਕ ਹੈ ਇਹ ਅਸੀਂ 2 ਚਮਚ ਦੇ ਕਰੀਬ ਆਰਾ ਰੋਟਲ ਲਿਆ ਹੈ ਕਾਰਨ سٹਾਰਚ ਉਹਨੂੰ ਪਾਣੀ ਚ ਪਾ ਕੇ ਦपतਲੀ ਪੇਸਟ ਬਣਾ ਲਈਏ ਸੋ ਥੈਟ ਕਿ ਸਾਡਾ ਬ੍ਰੈਡ ਕ੍ਰੰਬ ਸਾਡੇ ਕਟਲਟਸ ਦੇ ਨਾਲ ਸਟਿਕ ਹੋ ਜੇ ਚਿਪਕ ਜੇ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਥੋੜੀ ਦੇਰ ਲਈ ਫ੍ਰੀਜ਼ਰ ਵਿੱਚ ਰੱਖ ਦੇਣਾ ਇਹ ਸਾਰੇ ਇਦਾਂ ਕਟਲਟਸ ਰੈਡੀ ਕਰਕੇ ਆਲਮੋਸਟ ਅੱ ਦੇ ਲਈ ਅੱਧੇ ਘੰਟੇ ਬਾਅਦ ਫ੍ਰੀਜ਼ਰ ਚ ਕੱਢ ਕੇ ਇਹਨੂੰ ਆਪਾਂ ਹੁਣ ਫ੍ਰਾਈ ਕਰਾਂਗੇ ਤੇਲ ਨੂੰ ਅੱਛੇ ਤਰੀਕੇ ਨਾਲ ਗਰਮ ਕਰ ਲਓ ਤੇ ਇਦਾਂ 1 ਬਾਈ 1 ਇਹਨੂੰ ਪਾਉਂਦੇ ਹੋਏ ਤੇ ਫੁੱਲ ਫਲੇਮ ਤੇ ਹੀ ਆਪਾਂ ਇਹਨੂੰ ਡੀਪ ਫਰਾਈ ਕਰਨਾ ਹੈ ਸਲੋਲੀ ਸਲੋਲੀ ਇਹਨੂੰ ਹਿਲਾਉਂਦੇ ਹੋਏ ਠੀਕ ਹੈ ਤੇਲ ਦੇ ਵਿੱਚ ਓਨਾ ਹੀ ਆਪਾਂ ਕਟਲਟਸ ਪਾਉਣਾ ਹੈ ਜਿੰਨੇ ਕਿ ਆਰਾਮਦਰਨਾ ਹਿੱਲ ਜੁਲ ਸਕਣ ਤੇ ਫਿਰ ਇਦਾਂ ਸ਼ਾਨਨੀ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਦੇ ਹੋਏ ਜਦੋਂ ਇੱਛੇ ਤਰੀਕੇ ਨਾਲ 골ਡਨ ਬ੍ਰਾਊਨ ਹੋ ਜਾਣ ਇਹਨੂੰ ਕੱਢ ਲੈਣਾ ਹੈ ਇੱਥੇ ਮੈਂ ਵੌਇਸ ਓਵਰ ਦੇ ਰਹੀ ਹਾਂ ਇਸ ਕਰਕੇ ਦੀ ਆਵਾਜ਼ ਤੁਹਾਨੂੰ ਨਹੀਂ ਸੁਣਾਈ ਦੇ ਰਹੀ ਪਰ ਇਹ ਬਹੁਤ ਖਸਤਾ ਬਣੇ ਨੇ ਬਹੁਤ ਕ੍ਰਿਸਪੀ ਬਣੇ ਨੇ ਬਾਹਰੋਂ ਇਹ ਜਿੰਨੇ ਕ੍ਰਿਸਪੀ ਨੇ ਅੰਦਰੋਂ ਇਹ ਬਹੁਤ ਹੀ ਜ਼ਿਆਦਾ ਮੈਲਟਿੰਗ ਬਣੇ ਨੇ ਸੋ ਤੋਂ ਬਾਅਦ ਆਪਾਂ ਵੈਜ ਕਟਲਟਸ ਵੀ ਪਾਵਾਂਗੇ ਆਲੂ ਕਟਲਟਸ ਤੋਂ ਬਾਅਦ ਮਿਕਸ ਵੈਜ ਪਾ ਕੇ ਤੇ ਹੋਰ ਵੀ ਥੋੜਾ ਵੈਰੀਏਸ਼ਨ ਇਹਦੇ ਲੈ ਕੇ ਆਵਾਂਗੇ ਇਹਦੇ ਵਿੱਚ ਚਾਹ ਦੇ ਨਾਲ ਚੈਨਲ ਨਾਲ ਸਾਡੇ ਨਾਲ ਬਨੇ ਰਹੋ ਤੇ ਵੀਡੀਓ ਅੱਛੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੇਕਰ ਹਾਲੇ ਤੱਕ ਵੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਉਹਦੇ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਕੱਲ ਨੂੰ ਤੇ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ